ਤੋਂ ਹੀ ਜੋ ਸਾਲਾਨਾ 34ਵਾਂ ਮਹਾਨ ਗੁਰਮਤਿ ਸਮਾਗਮ ਸਰਬੱਤ ਦੇ ਭਲੇ ਵਾਸਤੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਆਪ ਸੰਗਤਾਂ ਨੇ ਸਵੇਰ ਤੋਂ ਹੀ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਔਰ ਰਾਗੀ ਜਥੇ, ਢਾਡੀ ਜਥੇ, ਕਥਾਵਾਚਕ ਔਰ ਮਹਾਂਪੁਰਖਾਂ ਤੋਂ ਆਪਨੇ ਅੰਮ੍ਰਿਤ ਵਚਨ ਸਰਵਣ ਕਰਕੇ ਆਪਣੇ ਜੀਵਨ ਨੂੰ ਔਰ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਜਿਤਨੇ ਵੀ ਮਹਾਂਪੁਰਖ ਪਹੁੰਚੇ ਹਨ, ਜਥੇ ਪਹੁੰਚੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਦੇ ਨਾਲ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਬੈਠ ਕੇ ਹਾਜ਼ਰੀਆਂ ਭਰੀਆਂ ਹਨ। ਸੋ ਆਓ ਹੁਣ ਸਾਰੇ ਗੁਰ ਸਤੋਤਰ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰੋ, ਉਪਰੰਤ ਅਰਦਾਸ ਹੁਕਮਨਾਮੇ ਗੁਰੂ ਕੇ ਪ੍ਰਸ਼ਾਦ ਔਰ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ। ਕਿਸੇ ਵੀ ਮਾਈ ਭਾਈ ਨੇ ਲੰਗਰ ਛਕੇ ਤੋਂ ਬਿਨਾਂ ਜਾਣ ਦੀ ਕਿਰਪਾਲਤਾ ਨਹੀਂ ਕਰਨੀ ਜੀ। ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ। Thank you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੂੰ ਠਾਕੁਰ ਤੂੰ।